ਦੀਆਂ ਲਾਈਆਂ ਚਾਚੀਆਂ ਮਕਾਨ ਮੇਰੇ ਨਾ ਕਰ, ਮੈਂ ਫੇਰ ਆਣਾ ਵਾ, ਤੇ ਇਸ ਕਰਕੇ ਉਹਨੇ ਉਹਨੂੰ ਪਤਾ ਨੀ ਕੀ ਧਮਕੀਆਂ ਦਿੱਤੀਆਂ। ਗੱਲ ਉਹਦੇ ਨਾਲ ਹੀ ਲਾਸਟ ਉਹਦੀ ਸੱਸ ਨਾਲ ਗੱਲ ਹੋਈ ਆ, ਉਹਦੇ ਸਿਰ ਚੜ ਕੇ ਉਹਨੇ ਸਾਡੀ ਮਾਸੀ ਦਾ ਕੋਈ ਆਸਰਾ ਨੀ ਹੈਗਾ, ਕੱਲਾ ਮੁੰਡਾ ਹੀ ਇਹ ਵੀ ਇਹਨਾਂ ਨੇ ਖਾ ਲਿਆ। ਕੋਈ ਮੁੰਡੇ ਦੀ ਕੀ ਗੱਲ ਕੀ ਉਹਦੀ ਘਰ ਦੀ ਨੂੰ ਉਮਰ ਕੈਦ ਦੀ ਸਜ਼ਾ ਹੋਵੇ ਜਾਂ ਮਕਾਨ ਮੇਰੇ ਨਾਮ ਕਰਾਓ, ਨੂੰ ਇਹਨਾਂ ਦੀ ਕਹਿੰਦੀ ਸੀ ਮੈਂ ਫੇਰ ਘਰੇ ਆਣਾ ਗਾ ਵੈ, ਉਹ ਤਾਂ ਦੁਖੀ ਹੋ ਕੇ ਉਹਨਾਂ ਨੇ ਉਹਨੂੰ ਕੁਛ ਕਰ ਦਿੱਤਾ ਮੁੰਡੇ ਨੂੰ। ਮੰਗ ਕਰਨਾ ਇਨਸਾਫ ਚਾਹੀਦਾ ਕਿ ਜਿਸ ਤਰ੍ਹਾਂ ਇਹਦਾ ਮੁੰਡਾ ਗਿਆ ਉਹ ਵੀ ਜੇਲ੍ਹ 'ਚ ਜਾਣਾ ਚਾਹੀਦਾ ਹੈ। ਦੋਸ਼ੀ ਜੋ ਵੀ ਚਾਰ ਜਣੇ ਗਏ ਆ, ਕੋਮਲ, ਉਹਦਾ ਜੀਜਾ, ਉਹਦੀ ਵੱਟੀ ਤੇ ਉਹਦੀ ਸੱਸ। ਕਿਹੜੀ ਜਗ੍ਹਾ ਤੇ ਲੈਣ? 88 ਫੁੱਟ ਮਜੀਠਾ ਰੋਡ। ਸਹੁਰੇ ਆ ਨਾ ਉਹ ਲੜਕੀਆਂ ਨੂੰ ਸ਼ਹਿਰ ਦੇ ਕੇ ਤੇ ਆਪਦੇ ਘਰ ਲੈ ਜਾਂਦੇ ਸੀ, ਇਹ ਬੱਚੇ ਨੂੰ ਉਹ ਲੜਕੀਆਂ ਤੋਂ ਗੰਦ ਪਲਾਉਂਦੇ ਸੀ। ਇਹ ਬੱਚਾ ਬੜੇ ਟੈਨਸ਼ਨ ਸੀ, ਮਾਂ ਇਹਦੀ ਜਿਹੜੀ ਆ ਉਹ ਵਿਚਾਰੀ ਇਸ ਬੱਚੇ ਦੇ ਰੋਟੀ ਪਾਣੀ ਦਾ ਗੁਜ਼ਾਰਾ ਕਰਦੀ ਸੀ। ਇਹਨਾਂ ਨੇ ਕਈ ਪਰੇ ਪੰਚਾਇਤਾਂ ਵੀ ਘੱਲੀਆਂ ਭਾਈ ਬੇਟੀ ਨੂੰ ਸਮਝਾਓ, ਬੇਟੀ ਘਲਾਓ, ਬੇਟੀ ਦੀ ਸਾਡੀ ਸੇਵਾ ਕਰੇ, ਆਪਣੇ ਘਰ ਸਾਂਭੇ, ਪਰ ਇਹਦੇ ਬਾਵਜੂਦ ਕੱਲ੍ਹ ਇਹ ਘਟਨਾ ਵਾਪਰ ਗਈ। ਉਹ ਸਿਰਫ ਇੰਨਾ ਹੀ ਪੁੱਛਣ ਗਿਆ ਭਾਈ ਮੇਰੇ ਗੰਦ ਕਿਉਂ ਬੋਲਿਆ ਜਾਂਦਾ ਹੈ ਜਾਂ ਮੇਰਾ ਕੀ ਕਸੂਰ ਆ, ਮੈਂ ਤਾਂ ਕਈ ਵਾਰ ਆਇਆ ਲੈਣ ਦੇਣ, ਪਰ ਉਹਦੀ ਜਿਹੜੀ ਬੋਡੀ ਆ ਉਹ ਆ ਗਈ। ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਹਾਂ ਭਾਈ ਇਸ ਬਿਰਧ ਔਰਤ ਦਾ, ਇਸ ਮਾਤਾ ਦਾ ਜਿਹਦਾ ਖਲੌਤਾ ਪੁੱਤ ਇਹਦਾ ਸਹਾਰਾ ਸੀ, ਇਹਦੀ ਮਦਦ ਵੀ ਕੀਤੀ ਜਾਵੇ ਔਰ ਇਹਨੂੰ ਇਨਸਾਫ ਦਵਾਇਆ ਜਾਵੇ। ਆਹ ਧਮਕੀਆਂ ਲਾਉਂਦੇ ਸੀ ਭਾਈ ਤੁਹਾਨੂੰ ਉੱਥੇ ਛੋਕਾਂਗੇ ਜਿੱਥੇ ਤੁਸੀਂ ਵਿਨਾਸ਼ ਕਰ ਦਾਂਗੇ, ਕੋਈ ਲੱਭੇਗਾ ਨਹੀਂ। ਸਾਡੀ ਇਹ ਬੇਨਤੀ ਆ ਵੀ ਇਸ ਬਿਰਧ ਮਾਤਾ ਦੀ ਸਰਕਾਰੀ ਤੌਰ 'ਤੇ ਸਮਾਜਿਕ ਤੌਰ 'ਤੇ ਮਦਦ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਜਿਹੜੀਆਂ ਕਾਰਵਾਈ ਸ਼ੁਰੂ ਕਰ। ਮੇਰਾ ਨਾਮ ਵਿਜੇ ਕੁਮਾਰ, ਮੈਂ CPIM ਪਾਰਟੀ ਵੱਲੋਂ ਬਲੋਕ ਜੀ ਕਰਦਾ ਵਾਂ, ਕਮਿਊਨਿਸਟ ਪਾਰਟੀ ਵੱਲੋਂ। ਵੇਖੋ ਜੀ, ਇੱਕ ਗਰੀਬ ਪਰਿਵਾਰ ਦੇ ਨਾਲ ਉਹਨੇ ਆਪਣਾ ਬੱਚਾ ਵਿਆਹਿਆ, 55 ਸਾਲ ਦੀ ਮਾਂ ਦੀ ਉਮਰ ਏ, ਇਕੱਲਾ ਇਕੱਲਾ ਉਹ ਬੱਚਾ ਘਰ ਦੇ ਵਿੱਚ ਕਮਾਉਣ ਵਾਲਾ ਸੀ, ਉਹਦੇ ਸਿਰ 'ਤੇ ਮਾਂ
ਘਰ ਬਾਹਰ ਚੱਲਦਾ ਸੀ। ਵੇਖੋ ਜੀ, ਸਹੁਰਾ ਪਰਿਵਾਰ ਨੇ ਉਹਨੂੰ ਇੰਨਾ ਕੁ ਹਰੈਸਮੈਂਟ ਕੀਤਾ ਕਿ ਜੋ ਅਸੀਂ ਬਿਆਨ ਨਹੀਂ ਕਰ ਸਕੇ। ਮੌਕੇ ਦੇ ਜਿਹੜੇ ਸਾਰਾ ਗਲੀ ਮੁਹੱਲਾ ਜਿਹੜਾ ਵੇ, ਕਈ ਵਾਰੀ ਇਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੇ ਗਲੀ ਮੁਹੱਲੇ ਦੇ ਤਹਿਤ ਵੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਹੈਗੀ। ਅਤੇ ਅੱਜ ਉਹਦੇ ਬੱਚੇ ਦੀ ਜਿਹੜੀ ਹੈ ਡੈੱਡ ਬੋਡੀ ਇਹਨਾਂ ਨੇ ਰਾਤੀ ਘਰ ਭੇਜਤੀ ਹੈ। ਅਸੀਂ ਪ੍ਰਸ਼ਾਸਨ ਕੋਲੋਂ ਇਹੋ ਹੀ ਮੰਗ ਕਰਦੇ ਹਾਂ ਕਿ ਇਹਨਾਂ ਦੋਸ਼ੀਆਂ ਨੂੰ ਤੁਰੰਤ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਏ। ਓਨੀ ਦੇਰ ਅਸੀਂ ਡੈੱਡ ਬੋਡੀ ਦਾ ਸੰਸਕਾਰ ਨਹੀਂ ਕੀਤਾ ਜਾਏਗਾ ਜਿੰਨਾ ਚਿਰ ਗ੍ਰਿਫਤਾਰ ਨਹੀਂ ਹੋਣਗੇ। ਮੇਰਾ ਨਾਮ ਗੋਲਡੀ ਧੁੰਨਾ, ਮੈਂ ਪ੍ਰਧਾਨ ਹਾਂ ਵਾਰਡ ਦਾ, ਗੇੜ ਜੀ ਮਾਧੋ। ਇਹ ਮੁੰਡਾ ਬੜਾ ਨੇਕ ਸ਼ਰੀਫ ਬੱਚਾ ਸੀ। ਕੱਲ੍ਹ ਇਹਨਾਂ ਨੇ ਸਹੁਰਿਆਂ ਨੇ ਇਹਨੂੰ ਘਰ ਬੁਲਾਇਆ, ਆਪਣੇ ਘਰ ਸੱਦ ਕੇ ਪਤਾ ਨਹੀਂ ਉਹਨੂੰ ਕੀ ਧਮਕੀ ਲਾਈ ਆ, ਉਹਨੂੰ ਕਿਹੜੀ ਜ਼ਰੂਰੀ ਚੀਜ਼ ਦੇ ਤੀ, ਅਤੇ ਜਿਹੜਾ ਘਰ ਦੇ ਕੋਲ ਵੀ ਨਹੀਂ ਪਹੁੰਚਿਆ, ਡਿੱਗ ਪਿਆ ਮੁੰਡਾ। ਬਾਜ਼ਾਰ 'ਚ ਡਿੱਗਿਆ ਨੂੰ ਘਰ ਲੈ ਕੇ ਆਏ ਹਾਂ, ਘਰ ਲੈ ਕੇ ਹੋਸਪਿਟਲ ਮਾਇਨ ਸਾਹਿਬ ਦੇ ਲੈ ਗਏ ਹਾਂ, ਮੁੰਡਾ ਮਰ ਗਿਆ। ਇਹਨਾਂ ਨੇ ਕੋਈ ਚੀਜ਼ ਦੇ ਕੇ ਚਾਰ ਜਣਿਆਂ ਨੇ ਆਪਣੀ ਸਿਆਸਤ ਦੇ ਨਾਲ ਮੁੰਡਾ ਮਾਰਤਾ। ਇੱਕ ਉਹਦਾ ਬੱਚਾ ਸੀ, ਉਹ ਬੱਚੇ ਪਿੱਛੇ ਬੜਾ ਮਰਦਾ ਸੀ, ਆਪਣੀ ਬੇਟੀ ਨਾਲ ਪਿਆਰ ਕਰਦਾ ਸੀ। ਉਹਨਾਂ ਨੇ ਝਾਸੇ ਨਾਲ ਘਰ ਬੁਲਾਇਆ ਕਿ ਆ ਕੇ ਬੇਟੀ ਨੂੰ ਮਿਲ ਲੈ। ਉਹ ਬੇਟੀ ਨੂੰ ਮਿਲਣ ਗਿਆ, ਨਾਲ ਫਰੂਫਰਾ ਲੈ ਗਿਆ, ਉਹ ਬੈਠ ਕੇ ਚਾਰਾਂ ਨੇ ਰਲ ਕੇ ਗੇਮ ਚਲਾ ਕੇ ਮੁੰਡੇ ਨੂੰ ਮਾਰਤਾ। ਔਰ ਅਸੀਂ ਕਹਿੰਦੇ ਹਾਂ ਚਾਰੇ ਦੋਸ਼ੀਆਂ ਨੂੰ ਘੜੀ ਤੋਂ ਘੜੀ ਸਜ਼ਾ ਮਿਲਣੀ ਚਾਹੀਦੀ ਹੈ। ਇਕੱਲੇ ਮਾਂ ਪੁੱਤ ਆ, ਬਜ਼ੁਰਗ ਜਨਾਨੀ ਹੈ, ਇਸ ਵੇਲੇ ਪਾਗਲ ਵਾਲਾ ਹਾਲ ਹੋ ਗਿਆ, ਹੁਣ ਉਹਦਾ ਕੋਈ ਸਹਾਰਾ ਨਹੀਂ ਗਾ। ਇਹ ਦੋਸ਼ੀ ਅੰਦਰ ਜਾਣੇ ਚਾਹੀਦੇ ਹੈ, ਪੁਲਿਸ ਪ੍ਰਸ਼ਾਸਨ ਅੱਗੇ ਇਹੋ ਬੇਨਤੀ ਕਰਦੇ ਹਾਂ। ਮੁੰਡਾ ਗੇੜ ਘੀਮਾ ਮੂਸੇ ਵਾਲੀ ਗਲੀ ਦਾ ਰਹਿਣ ਵਾਲਾ ਸੀ, ਉਹ ਹਲਵਾਈ ਦਾ ਕੰਮ ਕਰਦਾ ਸੀ ਬੱਚਾ। ਉਹ ਬਹੁਤ ਸ਼ਰੀਫ ਸੀ, ਸਵੇਰੇ 5:30 ਵਜੇ ਚਲੇ ਜਾਂਦਾ ਸੀ ਕੰਮ 'ਤੇ, ਰਾਤੀ ਕੰਮ ਤੋਂ ਆਉਂਦਾ ਸੀ। ਬੇਅਬੀ ਬੱਚਾ ਸੀ, ਕੋਈ ਐਬ ਨਹੀਂ ਸੀ ਉਹਨੂੰ ਕਿਸੇ ਤਰ੍ਹਾਂ ਦਾ ਵੀ, ਲੇਕਿਨ ਇਹਨਾਂ ਨੇ ਜ਼ੁਲਮ ਕਮਾਇਆ। ਉਹਨੂੰ ਕਹਿੰਦੇ ਸੀ ਇਹਦਾ ਮਕਾਨ ਜਿਹੜਾ ਸਾਡੇ ਨਾਂ ਕਰ। ਉਹ ਬਜ਼ੁਰਗ ਜਨਾਨੀ, ਉਹ ਮਕਾਨ ਕਿਤੋਂ ਆਪਾਂ ਇਹਦੇ ਨਾਂ ਕਰਦੇ, ਫਿਰ ਉਹ ਮੰਨ ਗਈ ਅਤੇ ਚੱਲ ਤੂੰ ਮੇਰੇ ਘਰ ਆ ਜਾ, ਇਹ ਮਕਾਨ ਤੈਨੂੰ ਦੇ ਦਿੰਦੇ ਅਸੀਂ, ਅਤੇ ਘਰ ਆ ਕੇ ਮੇਰੇ ਸੰਭਾਲ ਲਾ। ਟੀਚਰ ਇੱਕ ਕੁੜੀ ਸੀ ਛੋਟੀ ਜਿਹੀ, ਚੱਲ ਮੈਂ ਪਿਆਰ ਕਰਦੀ ਸੀ ਦਾਦੀ ਸੀ, ਉਹਦੇ ਉਹ ਵੀ ਮੰਨ ਗਈ ਸੀ। ਪਤਾ ਨਹੀਂ ਇਹਨਾਂ ਦੇ ਦਿਮਾਗ 'ਚ ਕੀ ਆਇਆ, ਚਾਰਾਂ ਨੇ ਰਲ ਕੇ ਸਿਆਸਤ ਚਲਾਈ, ਇੱਕ ਸਿਆਸਤ ਦਾ ਬੱਚਾ ਮਾਰ ਛੱਡਿਆ। ਚਾਰ ਇੱਕ ਉਹਦੀ ਸੱਸ ਹੈਗੀ ਹੈ, ਇੱਕ ਸਾਲੀ ਹੈਗੀ ਹੈ, ਇੱਕ ਸਾਂਢੂ ਹੈਗਾ, ਇੱਕ ਛੋਟੀ ਵੱਡੀ ਸਾਲੀ ਹੈਗੀ ਹੈ, ਅਤੇ ਚਾਰਾਂ ਨੇ ਰਲ ਗਏ। ਸੁਣਿਆ, ਆਹੋ ਇੱਕ ਉਹਦੀ ਵੋਟੀ ਹੈ, ਇੱਕ ਸਾਲੀ ਹੈਗੀ ਹੈ, ਸਾਲੀ ਦੇ ਸਾਂਢੂ ਹੈ, ਨਾਲ ਸੱਸ ਹੈ। ਇਹਨਾਂ ਨੇ ਰਲ ਕੇ 100 ਫੁੱਟੀ ਚੜਕ ਜਿਹੜੀ ਉਹ ਜਿੱਥੇ ਉਹ ਰਹਿੰਦੇ ਸੀ, 60 ਫੁੱਟ ਰੋਡ 'ਤੇ ਰਹਿਣ ਵਾਲੇ ਗਏ ਸੀ, ਉੱਥੇ ਸਾਰਾ ਕਾਂਡ ਕੀਤਾ। ਕਾਂਡ ਕਰਕੇ ਭੇਜਦਾ ਮੁੰਡੇ ਨੂੰ, ਉਡੀਡਾ ਡੰਡਾ ਆ ਗਿਆ, ਘਰ ਦੇ ਅੰਦਰ ਵੀ ਨਹੀਂ ਵੜਿਆ ਅਤੇ ਡਿੱਗ ਪਿਆ, ਅਤੇ ਮੁਹੱਲੇ ਵਾਲਿਆਂ ਨੇ ਨਹੀਂ ਚੁੱਕਿਆ। ਥਾਣਾ ਡਿਪਾਰਟਮੈਂਟ ਉਸ ਵੇਲੇ ਪੁਲਿਸ ਨੂੰ ਦੱਸਿਆ ਸੀ, ਪੁਲਿਸ ਨੇ ਐਫ ਆਈ ਆਰ ਕੱਢ ਦਿੱਤੀ। ਇਹੋ ਹੀ ਕਰਦੇ ਆ ਵੀ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਦੇ ਹਾਂ ਵੀ ਉਹਨੂੰ ਜਲਦ ਤੋਂ ਜਲਦ ਜਿਹੜੇ ਦੋਸ਼ ਬ੍ਰਦਰ, ਕੱਲ੍ਹ ਰਾਤ ਦਾ ਇਹ ਇੰਸੀਡੈਂਟ ਹੈਗਾ, ਲੜਕਾ ਸੀਗਾ, ਉਹਦੀ ਮੈਰਿਜ ਹੋਈ ਸੀਗੀ, 88 ਫੁੱਟੀ ਕੋਈ ਏਰੀਆ ਹੈਗਾ ਰੋਡ, ਅਤੇ ਉੱਥੇ ਦੀ ਵਾਈਫ ਕੋਮਲ ਨਾਲ ਸ਼ਾਦੀਸ਼ੁਦਾ ਸੀਗਾ, ਅਤੇ ਉਹ ਇਹਨਾਂ ਦਾ ਡਿਸਪਿਊਟ ਸੀਗਾ ਆਪਸ ਦੇ ਵਿੱਚ, ਜਿਹੜੇ ਲੜਕੀ ਵਾਲੇ ਥੋੜ੍ਹੇ ਇਹਨਾਂ ਨੂੰ ਸੁਣਨ 'ਚ ਆਇਆ ਵੀ ਇਹ ਲੜਕਾ ਵੀ ਇਕੱਲਾ ਸੀਗਾ, ਉਹਦੀ ਮਦਰ ਸੀ ਨਾਲ, ਅਤੇ ਉਹਨਾਂ ਨੂੰ ਕਰਦੇ ਸੀ ਤੰਗ ਪਰੇਸ਼ਾਨ ਵੀ ਇਹਨਾਂ ਦਾ ਆਮ ਤਾਂ ਹੁੰਦਾ ਵੀ ਕੁੜੀ ਨੂੰ ਦਾਜ ਲਿਆਉਣ ਲਈ ਤੰਗ ਕਰਦੇ ਆ, ਇਹ ਉਲਟਾ ਸੀ ਮੈਟਰ। ਉਹ ਕੁੜੀ ਕਹਿੰਦੇ ਵੀ ਉਹ ਕਿਰਾਏ 'ਤੇ ਰਹਿੰਦੇ ਨੇ, ਕਹਿੰਦੇ ਵੀ ਸਾਨੂੰ ਆਪਣੇ ਘਰ ਸਾਡੇ ਨਾਮ ਲਾਓ ਲੜਕੀ ਵਾਲੀ, ਅਤੇ ਉਹਨਾਂ ਚੱਲਦੀ ਰਹੀ ਗੱਲਬਾਤ, ਪਰ ਕੱਲ੍ਹ ਲੜਕਾ ਮਤਲਬ ਤੰਗ ਆ ਗਿਆ ਉਹਨਾਂ ਤੋਂ, ਉਹਨੂੰ ਕੁੱਟਮਾਰ ਵੀ ਕਰਦੇ ਸੀਗੇ ਇਹ, ਅਤੇ ਜਦੋਂ ਘਰ ਬੁਲਾਉਂਦੇ ਸੀਗੇ ਜੋ ਕੈਸ਼ ਹੋ ਗਿਆ ਉਹ ਵੀ, ਉਹਦਾ ਬੱਚਾ ਸੀਗਾ ਛੋਟਾ ਉਹਦੇ ਵਾਸਤੇ ਜਾਂਦਾ ਸੀ, ਅਤੇ ਉਹਨੇ ਕੱਲ੍ਹ ਆਪਣੀ ਜਿਹੜੀ ਜੀਵਨ ਲੀਲਾ ਸਮਾਪਤ ਕਰ ਲਈ, ਅਤੇ ਉਹਦੇ ਅਸੀਂ ਹੁਣ ਐਫ ਆਈ ਆਰ ਲੋਜ ਆ ਅਤੇ ਰੇਡ ਕਰ ਰਹੇ ਹਾਂ। ਹਾਂ, ਲੜਕੇ ਨਾਲ ਮਤਲਬ ਉਹਦੀ ਮਦਰ ਗਾਲੀ ਗਲੋਚ ਕਰਨਾ, ਇੱਕ ਆਪਾਂ ਜੇ ਇੱਕ ਹਿੱਟ ਕਰਨਾ ਔਰ ਇੱਕ ਵਾਕ ਜਿਹੜਾ ਬੋਲਣਾ ਨਾ ਕਿਸੇ ਨੂੰ, ਉਹ ਉਦੋਂ ਵੀ ਵੱਧ ਜਿਹੜਾ ਆਘਾਤ ਕਰਦਾ। ਉਹਨਾਂ ਨੂੰ ਬੋਲਦੇ ਸੀਗੇ ਉਹ, ਆ ਕੇ ਉਹਨੇ ਘਰ ਆ ਕੇ ਦੱਸਿਆ ਵੀ ਇੱਦਾਂ ਦਾ ਮੇਰੇ ਵੀ ਟੋਰਚਰ ਕਰਦੇ ਦਰਜਾ ਜੀ। ਐਫ ਆਈ ਆਰ ਲੋਜ ਆ, ਰੇਡ ਕੀਤੇ ਜਾ ਰਹੇ ਆ ਅਤੇ ਜਲਦੀ ਅਰੈਸਟ ਕਰ ਲਾਂਗੇ।